पाट पाट का कट रहा है। गांव दफ्तरी वाला के अंदर हमारे कुत्तों का अंत तक इतना ज्यादा है कि एक दर्जन से ज्यादा लोगों को गंभीर जख्मी कर दिया है। लोग मजबूर हैं, किसान खेतों में अपनी फसल को काटने के लिए, पशुओं के चारा लाने के लिए काट के नहीं ला सकते, तो खेतों के अंदर झुंड बनाकर ये हमारे कुत्ते बैठे हैं। यदि इकल्ला दुकल्ला किसान खेत में जाता है तो उस पर एकदम चारों तरफ से हमला करके उनको गंभीर जख्मी किया जा रहा है और इसका इलाज भी महंगा है। पटियाला जिले के अंदर पिछले एक साल के अंदर 12,000 से ज़्यादा लोगों को आवारा कुत्तों ने काटा। इसके बारे में जानकारी सिविल सर्जन पटियाला ने भी दी है, लेकिन आवारा कुत्तों की या तो सरकार नसबंदी कराए या उनका किसी तरह इसके अंत से लोगों को निजात दिलाई जा सकते हैं। इसको रोकने के लिए सरकार को कदम उठाना चाहिए। भाई थोड़ा हाँ केड़े महल रहते हो? सब्जी मंडी। हाँ बच्चे नु के जानवर ने कटे इन? ओ मटर तोड़ने जा रहे थे ताई कट लिया इन कुत्ते ने। हाँ आज मरा पड़ा था। उसने जानी इसको पकड़ने आ रहा है। कितने बड़े इन कितने लगे? इथे पाटे च। अरे कम की देख के दे दे नाना तू परा नु जा ऊपर बंदे करके। हुण तां आपां एडो डर के नहीं डर सामने लगे तकीले दी। ਬਰਸੀਨ ਵੱਢ ਕੇ ਹਟਦੇ ਜੀ, ਬਰਸੀਨ ਵੱਢ ਕੇ ਬਿਲਕੁਲ ਹੀ ਮੈਂ ਇੱਕ ਵਾਰੀ ਦਾ ਸਾਈਕਲ 'ਤੇ ਰੱਖਤੀ ਅਤੇ ਕਈ ਇੱਕ ਬਾਕੀ ਪਾਉਣ ਲੱਗ ਰਿਹਾ ਮੈਂ। ਇੱਕ ਕੁੱਤਾ ਮੇਰੇ ਕਣੀ ਭੱਜ ਕੇ ਦੌੜ ਗਿਆ ਪੂਰਾ। ਹਾਂਜੀ ਦੌੜ ਗਿਆ, ਉਹਦੇ ਮਗਰ ਨੂੰ ਕੁੱਤੇ ਨੇ ਟੰਗ ਕਰਿਆ, ਮਗਰ ਫੌਜ ਕੁੱਤਿਆਂ ਦੀ ਆ ਗਈ। ਫਿਰ ਮੈਨੂੰ ਬਸ ਇੱਕ ਮੇਰੀ ਰੱਬ ਨੇ ਰੱਖੇ ਜਾਣਾ, ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਗਈ ਬਿਲਕੁਲ। ਕਿੰਨਾ ਪੈਸਾ ਖਰਚ ਹੋ ਚੁੱਕਿਆ ਤੁਹਾਡਾ? ਮੇਰਾ ਹੋ ਗਿਆ ਇੱਥੇ 8,000 ਰੁਪਏ ਖਰਚ ਹੋ ਗਿਆ ਜੀ। ਤਾਂ ਦਵਾਈਆਂ ਕਹਿੰਦੇ ਫ੍ਰੀ ਮਿਲਦੇ? ਟੀਕੇ ਫ੍ਰੀ ਲੱਗਦੇ? ਫ੍ਰੀ ਨਹੀਂ ਲਾ, ਉਹ ਤਾਂ ਇੱਥੋਂ ਤਾਂ ਲੱਗਣੇ ਫ੍ਰੀ ਜੀ ਆਪਣੇ ਪਾਤੜਾਂ ਤੋਂ, ਅਤੇ ਬਾਕੀ ਪਟਿਆਲੇ ਲੱਗਣੇ ਪੈਸੇ। ਠੀਕ ਹੈ ਜੀ। ਪਟਿਆਲੇ ਕਿੱਥੇ ਗਏ ਸੀ? ਪਟਿਆਲੇ ਜੀ ਦਾ ਹਸਪਤਾਲ 'ਚ। ਠੀਕ ਹੈ। ਕਿੰਨੇ ਲੱਗੇ? ਕਿੰਨੇ ਲੱਗੇ ਫਰਮਾਨ? 8,000 ਰੁਪਏ ਲੱਗੇ ਜੀ। ਤਿੰਨ ਟੀਕੇ ਦਾ 5,000 ਦੇ ਆ ਜੀ, ਬਾਕੀ ਬਸ ਉਹ ਹੈ। ਹਾਂ 8,000 8,000 ਕਿੰਨੇ ਟੀਕੇ? ਹਾਂਜੀ ਤਿੰਨ ਟੀਕੇ ਲੱਗੇ ਉਹਨੇ ਜੀ। ਕਿੰਨੇ ਕਿੰਨੇ? ਇਹ ਬੰਨੀ ਦੋਵੇ ਜੀ। ਕੀ ਕੰਮ ਕਰਨ ਗਿਆ ਸੀ? ਉਧਰ ਜੀ ਖੇਤ ਨੂੰ ਗਿਆ ਸੀ। ਖੇਤ 'ਚ ਤੇ ਕਿੰਨੇ ਕੁੱਤੇ ਦਾ ਝੁੰਡ ਹੈ ਉੱਥੇ? ਉੱਥੇ ਹੈਗੇ ਜੀ 10 ਜੀ। ਕਿੰਨਾ ਪੈਸਾ ਖਰਚ ਹੋ ਗਿਆ ਤੇਰਾ? ਇਹਦਾ ਲੱਗ ਗਿਆ ਜੀ 2,000 ਰੁਪਏ। 2,000 ਫ੍ਰੀ ਇਲਾਜ ਨਹੀਂ ਹੈ? ਨਾ ਜੀ। ਕਿੱਥੇ ਗਏ ਸੀ ਤੁਸੀਂ ਸਭ ਤੋਂ ਪਹਿਲਾਂ? ਇੱਥੇ ਗਏ ਜੀ ਘੱਗੇ ਜੀ। ਉੱਥੇ ਕੀ ਕਹਿੰਦੇ? ਉੱਥੇ ਫਿਰ ਜਵਾਬ ਦੇ ਗਏ ਜੀ। ਉਹ ਤਾਂ ਮੈਂ ਛੱਟੀ ਨਹੀਂ ਹੈਗਾ ਤੂੰ। ਸਰ ਅਸੀਂ SDM ਮੈਡਮ ਨੂੰ ਵੀ ਚਿੱਠੀ ਲਿਖ ਕੇ ਦੇ ਕੇ ਆਏ ਹਾਂ, ਪਹਿਲਾਂ ਮਹੀਨਾ ਹੋ ਗਿਆ। ਇੱਥੋਂ ਇੰਨਾ ਕੁ ਮਾਹੌਲ ਖਰਾਬ ਹੋ ਰਿਹਾ ਸਾਡੇ ਪਿੰਡ ਦਾ। ਸਾਡੇ ਪਿੰਡ ਜਿਹੜੇ ਪੱਠੇ ਲੈਣ ਵੀ ਜਾਂਦੇ ਆ, 4-5 ਬੰਦੇ ਇਕੱਠੇ ਹੋ ਕੇ ਜਾਂਦੇ ਆ, ਵੀ ਕੁੱਤਿਆਂ ਨੇ ਇੰਨੀ ਦਹਿਸ਼ਤ। ਹੁਣ ਕਣਕਾਂ ਨੂੰ ਪਾਣੀ ਲੱਗ ਰਿਹਾ ਜੀ, ਇਕੱਲਾ ਬੰਦਾ ਡਰਦਾ ਖੇਤ ਪਾਣੀ ਲਾਉਣ ਨਹੀਂ ਜਾਂਦਾ ਆ। 4-4, 5-5 ਜਣੇ ਇਕੱਠੇ ਪਹਿਲਾਂ ਸਾਈਡਾਂ 'ਤੇ ਖੜ੍ਹਦੇ ਆ, ਫਿਰ ਇੱਕ ਦੂਸਰੇ ਦੀ ਨਿਗਰਾਨੀ ਰੱਖਦੇ ਆ। ਯਾਰ ਇਹਨਾਂ ਨੇ ਕੁੱਤਿਆਂ ਨੇ 20-20 ਦੀ ਟੀਮ ਹੈ ਜੀ ਇਹ। ਹੁਣ ਤਾਂ ਚਲੋ ਇਕੱਠੇ ਹੋ ਕੇ ਵਗ ਜਾਂਦੇ ਆ, ਅਚਾਨਕ ਜੇ ਕੋਈ ਇਕੱਲਾ ਬੰਦਾ ਕਿਤੇ ਓਹਲੇ ਫਸ ਜੇ ਇਹਨਾਂ ਨੂੰ, ਇਹ ਤਾਂ ਖਾ ਜਾਣ ਬੰਦੇ ਨੂੰ। ਮੈਂ ਐਸ ਡੀ ਓ ਮੈਡਮ ਨੂੰ ਬਕਾਇਦਾ ਲਿਖ ਕੇ ਆਇਆ ਸੀ ਆਪਣੇ, ਤੁਸੀਂ ਮਹੀਨਾ ਹੋ ਗਿਆ ਜੀ, ਕੋਈ ਕਾਰਵਾਈ ਨਹੀਂ ਹੋਈ ਜੀ। ਇਹ ਇਹਨਾਂ ਨੇ ਤਾਂ ਸਾਡੇ ਪਿੰਡ ਦਾ ਮੈਨੂੰ ਲੱਗਦਾ ਇੱਕ ਦਰਜਨ ਦੇ ਕਰੀਬ ਕਰਤੇ ਜੀ ਇਹਨਾਂ ਨੇ, ਤੇ ਬਹੁਤ ਖਤਰਨਾਕ ਨੇ ਜੀ ਇਹਨਾਂ ਬੱਚਿਆਂ ਦਾ। ਸਾਨੂੰ ਡਰ ਰਹਿੰਦਾ ਇੱਕ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਨੇ ਇੱਕ ਬੱਚਾ ਖਾਧਾ ਜੀ, ਉਹ ਤਾਂ ਇਦੋਂ ਵੀ ਜ਼ਿਆਦਾ ਉਹਦੀ ਕੰਡੀਸ਼ਨ ਡਾਊਨ ਸੀ। ਤੇ ਚਲੋ ਉਹਨੂੰ ਕੋਈ ਪ੍ਰਬੰਧ ਨਹੀਂ ਆਇਆ ਜੀ ਸਾਡੇ ਲਈ, ਕੁਛ ਕੋਈ ਟ੍ਰੀਟਮੈਂਟ ਨਹੀਂ ਦਿੱਤੀ, ਨਾ ਹੀ ਅਸੀਂ ਸਾਡੇ ਪਿੰਡ 'ਚ ਪਾਰਟੀ ਬਾਜੀ, ਨਾ ਅਸੀਂ ਇਹਨਾਂ ਨੂੰ ਕੁਛ ਕਰ ਸਕਦੇ ਹਾਂ, ਕਿਉਂਕਿ ਮੇਨਕਾ ਗਾਂਧੀ ਜੀ ਨੇ ਇਹਨਾਂ ਨੂੰ ਮਾਰਨ 'ਤੇ ਰੋਕ ਲਾਈ ਹੋਈ ਹੈ ਜਾਨਵਰਾਂ ਨੂੰ ਮਾਰਨ 'ਤੇ। ਅਸੀਂ ਕੋਈ ਕਾਰਵਾਈ ਵੀ ਨਹੀਂ ਕਰ ਸਕਦੇ ਹੈਗੇ ਵੀ ਇਹਨਾਂ ਨੂੰ ਮਾਰ ਦਈਏ ਜਾਂ ਕਰ ਦਈਏ, ਕੁਛ ਵੀ ਨਹੀਂ ਕਰ ਸਕਦੇ ਜੀ। ਅਸੀਂ ਸਾਡਾ ਸਾਰਾ ਪਿੰਡ ਸਹਿਮਿਆ ਪਿਆ ਇਹਨਾਂ ਨਾਲ। ਕਿੰਨੀ ਆਬਾਦੀ ਹੈ ਪਿੰਡ ਦੀ? ਪਿੰਡ ਦੀ ਆਬਾਦੀ 1600 ਹੈ ਜੀ, ਵੋਟ ਹੈ ਜੀ ਇੱਥੇ। ਹਾਂਜੀ 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 5,000 ਦੀ ਆਬਾਦੀ ਹੈ ਜੀ ਇੱਥੇ, ਅਤੇ ਸਾਰਾ ਪਿੰਡ ਸਹਿਮਿਆ ਪਿਆ ਜੀ। ਸਰਪੰਚ ਇੱਕ ਹੈ ਜੀ ਇੱਥੇ। ਹਾਂਜੀ ਹਾਂਜੀ ਸਾਰਾ ਪਿੰਡ ਹੀ ਸਹਿਮਿਆ। ਸਾਨੂੰ ਤਾਂ ਇਹੀ ਮੰਗ ਹੈ ਜਿੱਦਾਂ ਪਹਿਲਾਂ ਪੁਰਾਣੇ ਸਮੇਂ 'ਚ ਅਸੀਂ ਛੋਟੇ ਹੁੰਦੇ ਦੇਖਦੇ ਹੁੰਦੇ ਸੀ, ਉਦੋਂ ਕੁੱਤਿਆਂ ਨੂੰ ਮਾਰਦੇ ਹੁੰਦੇ ਸੀ ਜੀ, ਜਿਹੜੇ ਅਵਾਰਾ ਕੁੱਤੇ ਨੇ ਉਹਨਾਂ ਨੂੰ ਮਾਰ। ਅਸੀਂ ਇਹ ਨਹੀਂ ਕਹਿੰਦੇ ਵੀ ਜਿਹੜੇ ਪਾਲਤੂ ਨੇ ਅਗਲੇ ਨੇ ਆਪਣੇ ਘਰੇ ਸਾਹਮਣੇ ਹੋਏ ਆ, ਜਿਹੜੇ ਅਵਾਰਾ ਕੁੱਤੇ ਨੇ ਇਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਜ਼ਿਆਦਾ ਮਾਰਿਆ ਜਾਵੇ ਜਾਂ ਇਹਨਾਂ ਦਾ ਕੋਈ ਹੋਰ ਪ੍ਰਬੰਧ ਕੀਤਾ ਜਾਵੇ, ਅਸੀਂ ਇਸ ਤੋਂ ਬਹੁਤ ਪਰੇਸ਼ਾਨ ਹਾਂ ਜੀ। ਮੈਂ ਖੇਤ ਖਾਦ ਪਾ ਰਿਹਾ ਸੀ ਜੀ, ਖਾਦ ਪਾਉਂਦੇ ਪਾਉਂਦੇ 13 ਕੁੱਤੇ ਪੈ ਗਏ ਜੀ ਮੈਨੂੰ ਪਿੱਛੋਂ, ਮਤਲਬ ਖਾ ਗਏ ਜੀ ਜੀ। ਬੇਟਾ ਨਾ ਆਉਂਦਾ ਜੀ, ਬਸ ਮਾਰ ਦਿੰਦੇ ਕੁੱਤੇ। ਕਿਸ ਤਰ੍ਹਾਂ ਦੇ ਕੁੱਤੇ ਆ? ਅਵਾਰਾ ਹੈ ਕਿਵੇਂ ਦੇ? ਅਵਾਰਾ ਕੁੱਤੇ ਨੇ ਜੀ, ਕਾਲੇ ਕੁੱਤੇ ਆ, 12-13, ਇੱਕ ਚਿੱਟਾ ਉਹਨਾਂ ਜੀ। ਤੇ ਇਲਾਜ ਕਿਵੇਂ ਹੋ ਰਿਹਾ? ਪੈਸੇ ਲੱਗਦੇ ਕਿਵੇਂ? ਪੈਸੇ ਕੁਛ ਪੈਸੇ ਲੱਗੇ ਨੇ ਜੀ, 2 ਟੀਕੇ ਤਾਂ ਲਵਾਏ ਨੇ ਜੀ।
ਸਰਕਾਰੀ ਹਸਪਤਾਲ ਜੀ ਉਦੋਂ ਬਾਅਦ ਕਹਿੰਦੇ ਵੀ ਉਰੇ ਟੀਕੇ ਖਤਮ ਨੇ ਪ੍ਰਾਈਵੇਟ ਲਵਾਓ ਕਿੱਥੇ ਕਿਹੜੇ ਹਸਪਤਾਲ ਦੇ ਟੀਕੇ ਖਤਮ ਹੋਏ ਪਾਤਰਾਂ ਜੀ ਪਾਤਰਾਂ ਸਰਕਾਰੀ ਹਸਪਤਾਲ ਚ ਜੀ मेरा खर्चा जी सरकारी हस्पताल दा होया जी 1200 रुपये जी। हां जी उसके बाद है जी उस तो बाद तां मैं हां जी ਸਰਕਾਰੀ ਹਸਪਤਾਲ 'ਚ ਪੈਸੇ ਲੱਗੇ ਤੇਰੇ ਨਾ ਜੀ ਉਹ ਉਹਨਾਂ ਨੇ ਟੀਕੇ ਲਾਏ ਤੇ ਇੱਕ ਟੀਕਾ ਮੈਂ ਪ੍ਰਾਈਵੇਟ ਲਵਾਇਆ ਜੀ ਕੁਛ ਦਵਾਈ ਦਵੂਈ ਖਾਂਦਾ ਰਿਹਾ ਜੀ ਉਹਨਾਂ ਤਾਂ 30 ਰੁਪਏ ਲੈਂਦੇ ਤੇ ਜੀ ਇੱਕ ਟੀਕੇ ਦੇ ਜੀ ਹਾਂ ਜੀ ਹਾਂ ਜੀ 1200 ਰੁਪਏ ਕਿੱਥੋਂ ਲਗੇ ਫਿਰ ਤੇਰੇ ਮੈਂ ਬਾਹਰੋਂ ਦਵਾਈਆਂ ਗੋਲੀਆਂ ਖਾਂਦਾ ਰਿਹਾ ਖਾਸੇ ਦਿਨ ਜੀ ਅੰਦਰ ਮਿਲੀ ਨਹੀਂ ਅੰਦਰੋਂ ਕਹਿੰਦੇ ਜੀ ਇਹ ਦਵਾਈ ਨਹੀਂ ਮਿਲਦੀ ਜੀ ਲਿਖਤੀ ਤੀ ਉਹਨਾਂ ਨੇ ਕਿਹੜੇ ਹਸਪਤਾਲ 'ਚ ਸਾ ਇੱਥੇ ਪਾਤਰਾਂ ਵਾਲੇ 'ਚ ਜੀ ਹਾਂ ਜੀ देखो ऐसे है कि साढ़े को 12,500 पिछले साल डॉग बाइट के केसिस 12,491 टू बी प्रसाइस तो असी उन्होंने फ्री टीके प्रोवाइड कर रहे हैं रेबी प्योर दे एंटी रेबीज वैक्सीन साढ़े को सप्लाई पूरी आ रही है असी फ्री सप्लाई कर रहे हैं बाकी डॉग्स का जो कंट्रोल है वो दैट इज़ विद रूरल डिवेलपमेंट डिपार्टमेंट और डिपार्टमेंट ऑफ लोकल बॉडीज़ वो उन्होंने देखना है। कैमरामैन बालसन गर्ग के साथ पुरुषोत्तम कौशिक समाणा न्यूज़। पढ़ने वाले बच्चे दूसरे काम से आते हैं।